ਫਾਜ਼ਿਲਕਾ ਦੇ ਪਿੰਡ ਪਤਰੇਵਾਲੀ ਦੇ ਇੱਕ ਵਿਅਕਤੀ ਦਾ ਕਤਲ ਕਰਨ ਦੇ ਮਾਮਲੇ ਦੇ ਵਿੱਚ ਇੱਕ ਮਹਿਲਾ ਸਹੀ 3 ਗ੍ਰਿਫਤਾਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਫਾਜ਼ਿਲਕਾ ਦੇ ਪਿੰਡ ਪਤਰੇਵਾਲੀ ਨਿਵਾਸੀ ਇੱਕ ਵਿਅਕਤੀ ਦਾ ਕਤਲ ਕਰਨ ਦੇ ਆਰੋਪ ਦੇ ਵਿੱਚ ਪੁਲਿਸ ਵੱਲੋਂ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਮ੍ਰਿਤਕ ਵਿਅਕਤੀ ਦਾ ਮੋਟਰਸਾਈਕਲ ਪੁਲਿਸ ਵੱਲੋਂ ਬੀਤੇ ਦਿਨ ਗੰਗੇ ਨਾਲ ਜੋ ਬਰਾਮਦ ਕੀਤਾ ਗਿਆ ਸੀ ਹਲੇ ਤੱਕ ਮ੍ਰਿਤਕ ਦੀ ਲਾਸ਼ ਬਰਾਮਦ ਨਹੀਂ ਹੋਈ ਹੈ ਪੁਲਿਸ ਵੱਲੋਂ ਲਾਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਖੁਈਖੇੜਾ ਦੇ ASI ने दसा कि पिंड पतरेवाला के निवासी एक व्यक्ति की पत्नी ने शिकायत दर्ज कराई थी कि उसका पति लापता है जिस तो बाद पुलिस वालों जांच शुरू की गई जांच के दौरान पुलिस वालों गंग के नाल तो व्यक्ति का मोटरसाइकिल बरामद किया गया जिस तो बाद पुलिस वालों 3 व्यक्तियों को गिरफ्तार किया गया जिन्हों तो पूछताछ की गई जिन्होंने उस व्यक्ति का कतल करने की गल कबूल की है जिस तो बाद इन्हों गिरफ्तार कर लिया गया अज अदालत पेश किया जा रहा है उन्होंने कहा कि इस मामले के व्यक्ति की लाश हले बरामद नहीं हुई है जिसकी तलाश की जा रही है उधर पता चला कि इस मामले की गुत्थी सुलझाने के आम आदमी पार्टी के नेता वरिंदर सिंह खालसा वालों भी सहयोग किया गया जिसके चलते इस कतल की गुत्थी सुलझाया गया पुलिस आरोपियों तक पहुँच पाई है ये 302 का मुकदमा दर्ज है 3 मुलजम ने अच्छे पेश करवा दर्ज आ रहे हैं ਕਿਹੜੇ ਪਿੰਡ ਤੇ ਕੇਸ ਤੋਂ ਇਹ ਪਿੰਡ ਪਤਰੇਵਾਲੇ ਦਾ ਪਤਰ ਕੀ ਘਟਨਾ ਕੀ ਇਹ ਇੱਕ ਪਾਇਆ ਮਾ ਆਪਣੇ ਮੁਕਦਮਾ ਦਰਜ ਸੀ ਇਹਨਾਂ ਦੇ 302 ਦਾ 3 ਮੁਲਜ਼ਮ ਆ ਤੇਜਵਿੰਦਰ ਸਿੰਘ ਕਸ਼ਮੀਰ ਸਿੰਘ ਤੇ ਸੀਮਾ ਰਾਣੀ ਤੇ ਇਹਨਾਂ ਨੇ ਆਪਣੇ 1-5 ਨੂੰ ਮੁਕਦਮਾ ਦਰਜ ਹੋਇਆ ਸੀ ਤੇ ਉਹ ਬੰਦਾ ਮਾਰ ਕੇ ਨਹਿਰ ਸੁੱਟਤਾ ਸੀ ਹਾਂਜੀ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਕਿਹੜਾ ਪਿੰਡ ਹੈ ਪਤਰੇਵਾਲਾ ਜਿੰਨਾ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਪਤੀ ਸੀਗਾ ਮੇਰਾ ਕੀ ਮਸਲਾ ਹੈ ਕੀ ਕਾਰਨ ਹੋਇਆ ਕੀ ਬੋਲੋ ਬਾਰੇ ਮਸਲਾ ਕੀ ਸੀਗਾ ਰੋਟੀ ਪਾਣੀ ਖਾ ਕੇ ਗਏ ਆ ਘਰੋਂ ਚੰਗੇ ਭਲੇ ਗਏ ਆ ਕਹਿੰਦੇ ਹੁਣੇ ਆਏ 10 ਮਿੰਟਾਂ 'ਚ ਸਾਰੀ ਰਾਤ ਗਏ ਵੀ ਸੀਗੇ ਲੱਭਦੇ ਰਹੇ ਹਾਂ ਨਹੀਂ ਲੱਭਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਨਹਿਰ 'ਤੇ ਖੂਨ ਡੁੱਲਿਆ ਪਿਆ ਪਤਾ ਲਿਆ ਫਿਰ ਸਾਨੂੰ ਪਤਾ ਲੱਗ ਗਿਆ ਵੀ ਸ਼ਾਇਦ ਇੱਥੇ ਹੀ ਹੋਣਗੇ ਇੱਥੇ ਹੀ ਪੁਲਿਸ ਆ ਗਈ ਪੁਲਿਸ ਤੱਕ ਆਏ ਬਾਅਦ ਸਾਨੂੰ ਪਤਾ ਲੱਗ ਗਿਆ ਸਾਡਾ ਮੋਟਰਸਾਈਕਲ ਜੋ ਚੀਜ਼ ਅਸੀਂ ਸਾਰੀ ਬਾਹਰ ਕੱਢੀ ਹੈ ਸਾਡੇ ਹੀ ਸੀਗੇ ਕਿੰਨੀ ਤਰੀਕ ਦੀ ਗੱਲ ਹੈ ਇਹ 30 ਤਰੀਕ ਦੀ ਗੱਲ ਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਕਰਦੇ ਹਾਂ ਵੀ ਮਸਕ ਇਨਸਾਫ ਮਿਲਣਾ ਚਾਹੀਦਾ ਸਾਨੂੰ ਕਿੰਨੀ ਉਮਰ ਸੀ ਇਹਨਾਂ ਦੀ ਇਹਨਾਂ ਦੀ ਉਮਰ ਸੀਗੀ 46 ਸਾਲ ਕੀ ਕੰਮ ਕੀ ਕਰਦੇ ਕੰਮ ਤਾਂ ਬਸ ਡੈਡੀ ਦਾ ਭਾਈ ਕਰਦੇ ਸੀ ਮਨਜ਼ੂਰ ਸੀਗੇ ਹਾਂਜੀ ਤੁਹਾਡਾ ਕੀ ਨਾਮ ਹੈ सर मेरा नाम वरिंदर सिंह खालसा है जी स्टेट जॉइंट सेक्रेटरी पंजाब आम आदमी पार्टी जी जी की कहना चाहते हो जो ये घटना घटी है पत्तरे वाले पिंड हाँ देखो जिहड़ा समाज दे विच बहुत सारे पुठे सीधे काम जिहड़े चल रहे आ समाज साडा अज लीहों लै गया गंद गया साडे समाज दे विच बहुत सारे गंदे तत्व जिहड़े पैदा हो जांदे आ मैं गल करन जा रहा मेरे पिंड तो की मेरे गुआंढ तो ने तो साडा भाईचारा मेरे वड्डे भरा सीगे मलकीत सिंह पुत्र स्वर्गीय खजान सिंह जिन्हां दा कतल होया गल इस तरह हुई कि जिहड़े मलकीत सिंह जी उन्हां दा एक तरमेला इत्थे अज तो 15 साल पहला ही इस पिंड दे विच सीमा राणी नाम की जिहड़ी औरत आ पत्नी मलकीत सिंह उहदे परिवार दे विच हैगा सीगा ते मतलब तरमेला एक ਇਹੋ ਜਿਹਾ ਮੋੜ ਲੈ ਗਿਆ ਪਤਾ ਬਾਅਦ 'ਚੋਂ ਲੱਗਿਆ ਵੀ ਉਹਨਾਂ ਦੇ ਰਿਲੇਸ਼ਨ ਸਾਹਮਣੇ ਆ ਗਏ ਅਤੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਿ ਉਹਨਾਂ ਨੇ ਫਿਰ ਦਬਾਅ ਪਾ ਕੇ ਆਪਣੀ ਬੇਟੀ ਦਾ ਰਸਤਾ ਵੀ ਜਿਹੜਾ ਹੈਗਾ ਉਹ ਦੇ ਦਿੱਤਾ ਔਰ ਹਾਲਾਤ ਇਹੋ ਜਿਹੇ ਬਣ ਗਏ ਕਿ ਉਹ ਜਿਹੜੀ ਔਰਤ ਹੀ ਕਾਤਲ ਨਿਕਲੀ ਮੈਂ ਦੱਸ ਦੇਣਾ ਚਾਹੁੰਦਾ ਕਾਤਲ ਕੌਣ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਕਾਫੀ ਦਹਿਸ਼ਤਨੁਮਾ ਮਾਹੌਲ ਬਣਿਆ ਹੋਇਆ ਸੋ ਪਤਾ ਲੱਗ ਜਾਣਾ ਚਾਹੀਦਾ ਮੇਰੇ ਇਸ ਇਲਾਕੇ ਦੇ ਆਵਾਮ ਨੂੰ ਕਿ ਕੌਣ ਦੋਸ਼ੀ ਆ ਕਿਹਨਾਂ ਨੇ ਕਤਲ ਕੀਤਾ ਕਤਲ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕੀਤਾ ਗਿਆ ਮੈਂ ਦੱਸ ਦੇਣਾ ਚਾਹੁੰਦਾ ਜਿਹੜੀ ਸੀਮਾ ਰਾਣੀ ਆ ਪਤਨੀ ਮਲਕੀਤ ਸਿੰਘ ਪਿੰਡ ਆਜ਼ਮਵਾਲਾ ਦੀ ਆ ਔਰ ਉਹਨਾਂ ਦੇ ਨਾਲ ਜਿਹੜੇ ਉਹਨੇ ਵਰਤੋਂ 'ਚ ਲਏ ਜਿਹੜੇ ਉਹਦੇ ਹਮ ਸਾਥੀ ਜਿਹੜੇ ਹਮ ਕਾਤਲੀ ਹੈਗੇ ਸੀ ਇੱਕ ਤੇਜਵਿੰਦਰ ਸਿੰਘ ਹੈਗਾ ਪੁੱਤਰ ਗੁਰਨਾਮ ਸਿੰਘ ਕੋਠਾ ਸੁਰਗਾਪੁਰੀ ਦੋਦਾ ਡਿਸਟ੍ਰਿਕਟ ਮੁਕਤਸਰ ਸਾਹਿਬ ਔਰ ਉਹਨਾਂ ਦੇ ਨਾਲ ਇੱਕ ਕਸ਼ਮੀਰ ਸਿੰਘ ਪੁੱਤਰ ਦਰਸ਼ਨ ਸਿੰਘ ਕੌਮ ਮਜਬੀ ਸੇਖਾ ਪਿੰਡ ਪੰਗਾਲਾਂ ਕੁੰਡਲ ਦੇ ਕੋਲ ਜਿਹੜਾ ਪਿੰਡ ਪੈਂਦਾ ਗਾ ਉੱਥੋਂ ਦਾ ਹੈਗਾ ਸਾਨੂੰ ਖਦਸ਼ਾ ਕਿ ਹੋਰ ਵੀ ਕੋਈ ਸ਼ਾਇਦ ਹੋ ਸਕਦਾ ਹੋਵੇ ਪਰ ਇਹ ਤਿੰਨਾਂ ਦਾ ਜਿਹੜਾ ਹੈਗਾ ਇਹ ਕਲੀਅਰ ਹੋਇਆ ਗਾ ਇਹਨਾਂ ਤਿੰਨਾਂ ਨੇ ਰਲ ਕੇ ਹਮ ਮਸ਼ਵਰਾ ਹੋ ਕੇ ਪਲਾਨਿੰਗ ਕੀਤੀ
और प्लानिंग दे विच जिहड़ा हैगा पुलिस दी ट्रेसिंग दे विच और सारे ये आ जाते हैं, क्योंकि भाभी दे दसण मुताबिक जो मलकीत सिंह हैगा साडा भाई वो लगभग 8 बजे के करीब खाना खा के वो निकल जाता, दस के जाता कि मैं आज़म उत्थे बकैन वाले जा रहा, पर आज़म वाले चला जाता कोई होर, चलो हो सकता भी किस तरह चला गया। तो जिमें ही वह जाता तो ये जो हादसा सानू पता लगता है कि असी जदों देखते हाँ भी उत्थे जिहड़ा सानू पता लग्या फोन आउंदा कि उत्थे ब्लड बहुत पिया, बंदा साडा मिल नहीं रहा, सवेरे सानू पता लगता, रात सारी निकल जाती है, असी लभदे रहने हाँ, तो सवेरे जो पता लगता तो सानू खदशा हो जाता, क्योंकि डाउट सीगा भी इत्थे 15 सालों तो जिहड़ा आ रहा सीगा भी इस तरह का कोई डाउट सीगा सानू। तो उस तो बाद असी जिहड़ा देखिया मैनू डाउट होया सी जिहड़ा नहर दे विच दो लड़के जिहड़े हैगे आ गोताखोर टाइप इन्हां दे रिश्तेदार असी भेजे, तो मोटरसाइकिल इन्हां दा ही निकलिया मलकीत सिंह दा, उत्थों सानू जिहड़ा हैगा शक जिहड़ा हैगा यकीन दे विच बदल गया कि जिहड़ा कतल है वो कतल हो गया वा, मलकीत सिंह दा कतल किने कीता वो सानू देखण दी लोड़ सीगी। उस तो बाद सारा त्या जिहड़ा माजरा हैगा जिहड़ा मसला पुलिस दे संबंधित PS खुईखेड़ा दे लिआंदा गया, इत्थे SHO सरदार रजिंदर कुमार जी शर्मा उन्हां दे नाल अडिशनल SHO हरप्रीत सिंह जी होर उन्हां दी पूरी टीम रविकांत शर्मा जी जिहड़े इत्थों दे थानेदार ने होर उन्हां दी पूरी टीम उन्होंने बड़ी मेहनत करके जिहड़ा चोर लभ ले जिहड़े कातल है वो लभ ले, ते कातल किहड़े निकलदे आ उह सीमा राणी जिन्हां दे नाल तरमेला पालिया हुआ सीगा, उस सीमा राणी ने दो लड़के जिहड़े मैं नाम लिया उन्हां नूं वरत के, ते होर भी सानू खदशा भी होर हो सकदा उन्हां नूं वरत के जिहड़ा इन्हां ने बहुत वड्डा जिहड़ा हादसा कीता, बड़े दुख दी गल आ, समाज दे विच जिहड़े इहो जे लोक नहीं पैदा होना चाहीदे, इहो जे हालात नहीं बनने चाहीदे वी जिहदे नाल 15 सालों तो तरमेला सीगा, अज यहोजी जी हैगी दहशतनुमा माहौल पै गया और साडा नौजवान भरा जिहड़ा हैगा उन्होंने खा लिया और ये बहुत गलत होया जी। देखो कारण ये असी ये समझते हैं, कारण ये हैगा भी असी हुण लोला नहीं रखा जा सकता, 15 सालों तो सीमा राणी के नाल असी वेरीफाई किया भी रिलेशन बन गया सीगा, एक मोह प्यार बन गया सीगा, ते पर मोह प्यार जिहड़ा दुश्मनी दे विच कदों बदल जांदा है भी बेटी की शादी भी जी कैनल कर ली जाती है और उस तो बाद कनैक्शन टुट जाता, मलकीत सिंह का सीमा राणी का कनैक्शन जोड़ा टुट जाता है, पर वो खुंद खा जाती है इस गल तो भी मेरा जरा मैंने दूर क्यों देता गया, दुश्मनी कड़ती हैगी और पहला भी उन्हें घर आके भी लड़ लेंदी सी इन्हों इतने साडे पत्रे वाले गुआंढ के इन्हों का जोड़ा घर उठा के लड़ती थी रौला पाँदी सी सूँ पता लगता सगा गुआढ़ के जोड़ा सूँ खदशा सगा उन्हें असलीयत बदल दिता जोड़ा वो कतल कर दिता साडे भरा का। इस मसले के संबंधित थाना के SHO श्री रजिंदर कुमार शर्मा जी उन्होंने समुची टीम वीर हरप्रीत सिंह अडिशनल SHO ने उन्होंने मेरे वीर रविकांत शर्मा जी जिहड़े इतों के थानेदार होर जिनी भी टीम उन्होंने समुची टीम का मैं धन्यवाद करदा, उन्हों की मेहनत सदका जिहड़ा हैगा कोऑपरेशन के नाल सारा ये जिहड़ा मसला जिहड़ी गुत्थी हैगी आ उहदी वी सी 2-4 दिनों तो जिहड़ी सुलझाई गई आ, सो मैं सारी टीम का सारे थाने का बहुत धन्यवाद करदा जी।